ਦਿਖਾ ਕੇ ਬਾਬਾ ਜੀ ਤੁਹਾਨੂੰ ਦਿਖਾਉਂਦਾ ਮੈਂ, ਤੁਸੀਂ ਵੇਖਿਓ ਆਹ ਸਾਡੇ ਬਜ਼ੁਰਗਾਂ ਦੇ ਹਾਲ ਆ। ਮੈਂ ਫਿਰ ਕਹਿੰਦਾ ਹੁੰਦਾ ਕਿ ਇਹਨਾਂ ਨੇ ਮੰਗਣਾ ਨਹੀਂ, ਇੰਨੀ ਗਰਮੀ ਹੈ। ਤੁਸੀਂ ਇਹਦਾ ਰਿਕਸ਼ਾ ਦੇਖਿਓ, ਅਸੀਂ ਵੱਡੇ ਵੱਡੇ ਲੰਗਰ ਲਾ ਲਏ, ਉਹ ਸਾਹਮਣੇ ਚੌਂਕ ਹੈ। ਮੈਂ ਫਿਰ ਦੱਸਦਾ ਹੁੰਦਾ ਕਿ ਚੌਂਕ ਦੇ ਉੱਤੇ ਨਾ ਬਾਹਰੋਂ ਆਏ ਪ੍ਰਦੇਸ਼ੀ ਮੰਗਦੇ ਆ ਕਾਰਾਂ ਵਾਲਿਆਂ ਤੋਂ, ਅਤੇ ਕਾਰਾਂ ਵਾਲੇ ਉਹਨੂੰ ਦੇ ਵੀ ਦਿੰਦੇ ਆ। ਅਤੇ ਸਾਡੇ ਜਿਹੜੇ ਬਜ਼ੁਰਗ ਨਾ, ਉਹਨਾਂ ਦੇ ਇੱਕ ਟੁੱਟੇ ਹੋਏ ਰਿਕਸ਼ੇ, ਅਤੇ ਉਹਨਾਂ ਦਾ ਇਸ ਤਰ੍ਹਾਂ ਦਾ ਹਾਲ ਆ। ਰਿਕਸ਼ਾ ਬੜਾ ਮਾੜਾ ਵਾ, ਇਹ ਕਿਉਂ ਬਾਬਾ? ਕਿੰਨਾ ਮਾੜਾ ਰਿਕਸ਼ਾ! ਚਲਾਉਂਦੇ ਕਿੰਜ ਹੋ ਗਏ ਤੁਸੀਂ ਇਹਨੂੰ? ਆਹ ਕਿੰਜ ਫਿਰ ਚਲਾਉਂਦੇ ਹੋ? ਇਹ ਕਿੰਜ ਬਿੰਦੀ ਕਿੱਥੇ? ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਇੱਥੇ ਫਿਰ ਬਿੰਦੀ? ਇੱਥੇ ਬੱਲੇ ਬੱਲੇ ਬਾਬਾ ਜੀ। ਤੇ ਮੈਂ ਹੁਣ ਕਿੱਥੇ ਬੈਠਾ ਪਿਆਰੇ ਹੋ? ਇੱਥੇ ਬਣਾ ਬਣਾ ਗਰਮੀ ਬੜੀ, ਮੈਂ ਤਾਂ ਕਹਿ ਰਿਹਾ, ਮੈਂ ਤੁਹਾਨੂੰ ਦੇਖਿਆ, ਮੈਂ ਚਲੋ ਛੱਡ ਆਓਗੇ, ਇਹ ਤਾਂ ਬਹੁਤਾ ਹੀ ਮਾੜਾ ਵਾ। ਤੇ ਫਿਰ ਸਵਾਰੀ ਬਿੰਦੀ ਆ? ਮਾੜੀਆਂ ਮੋਟੀਆਂ ਬਿੰਦੀਆਂ। ਤੇ ਕਦੀ ਕਿਸੇ ਨੇ ਕਿਹਾ ਨੀ ਇਸ ਤਰ੍ਹਾਂ ਕਿਸੇ ਨੇ ਸਵਾਰੀ ਨੇ ਕਿ ਭਾਈ ਤੁਹਾਡਾ ਰਿਕਸ਼ਾ ਬੜਾ ਮਾੜਾ ਵਾ? ਤੇ ਕਿਸੇ ਨੇ ਠੀਕ ਨੀ ਕਰਾਇਆ ਤਾਂ ਫਿਰ? ਤੇ ਤੁਸੀਂ ਆਪ ਨੀ ਕਰਾਇਆ? ਕਿਤਰਾ ਬਹਿੰਦੇ ਕਹਿੰਦੇ ਹੋ ਮਾੜਾ ਜਿਹਾ ਦਿਖਾਇਓ ਬਹਿ ਕੇ, ਕਿਤਰਾ ਬਹਿੰਦੇ ਹੋ? ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਅੱਛਾ ਅੱਗੇ ਅੱਗੇ ਹੋ ਕੇ ਬਹਿ ਜਾਂਦੇ ਹੋ, ਧੰਨ ਗੁਰੂ ਰਾਮਦਾਸ। ਗਰਮੀ 'ਚ ਬਾਬਾ ਜੀ ਫਿਰ ਔਖਾ ਨੀ? ਔਖਾ ਨਾ ਇਹ ਸਾਡੇ ਸਿੱਖਾਂ ਦੇ ਹਾਲ ਜੇ ਸੰਗਤ ਜੀ। ਵਾਹਿਗੁਰੂ 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 ਵਾਹਿਗੁਰੂ। ਬਾਬਾ ਜੀ ਇੱਕ ਮਿੰਟ ਨਾ ਰੋਕਿਓ, ਇੱਥੇ ਮਾੜਾ ਸੈਰ 'ਤੇ ਇੱਕ ਮਿੰਟ, ਇੱਥੇ ਸੈਰ 'ਤੇ ਰੋਕਿਓ। ਧੰਨ ਗੁਰੂ ਰਾਮਦਾਸ। ਤੁਸੀਂ ਨਾ ਕੰਮ ਕਰੋ, ਮੈਂ ਤੁਹਾਨੂੰ ਰੁਪਈਆ 500 ਦਿੰਦਾ, ਠੀਕ ਹੈ? ਮੈਂ ਤੁਹਾਨੂੰ ਇੱਕ ਕਾਰ ਦਿੰਦਾ ਵਾ, ਠੀਕ ਹੈ? ਇੱਕ ਮਿੰਟ ਰੁਕੋ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਆਹ ਕਾਰਡ ਲਓ ਤੁਸੀਂ, ਇਹਦੇ ਕੋਲ ਨਾ ਪਹੁੰਚਿਓ, ਮੈਂ ਤੁਹਾਨੂੰ ਰੁਪਈਆ 500 ਦਊਂਗਾ, ਠੀਕ ਆ? ਇਹਦੇ ਕੋਲ ਜਾਓ ਤੁਸੀਂ। ਹਾਂ ਇਹਨਾਂ ਕੋਲ। ਅੱਛਾ ਜੀ, ਇਹ ਨਾਈਆ ਵਾਲਾ ਮੋੜ ਦੇਖਿਆ? ਹਾਂਜੀ ਵੇਖਿਆ ਜੀ। ਉਹਦੇ ਕੋਲ ਪਹੁੰਚੋ, ਠੀਕ ਹੈ ਜੀ? ਠੀਕ ਆ, ਹੁਣੇ ਪਹੁੰਚ ਜੀ, ਹੁਣੇ ਹੁਣੇ ਪਹੁੰਚੋ। ਮੈਂ ਨਾ ਉੱਥੋਂ ਤੁਹਾਨੂੰ 500 ਰੁਪਏ ਦਊਂਗਾ, ਮੈਂ ਵੀ ਉੱਥੇ ਜਾ ਰਿਹਾ, ਫਿਰ ਤੁਹਾਨੂੰ ਕੰਮ ਹੈ ਮਿਲਣਾ। ਮੈਨੂੰ ਇੱਕ ਕੰਮ ਆ, ਉੱਥੇ ਮੈਂ ਉੱਥੇ ਨਾ 2 ਬੋਰੀਆਂ ਸੀਮਿੰਟ ਹੈਗੀਆਂ। ਅੱਛਾ ਜੀ। ਸੀਮਿੰਟ ਦੀਆਂ ਬੋਰੀਆਂ ਲੈ ਕੇ ਤੁਸੀਂ ਛੱਡ ਕੇ ਆਉਣੀਆਂ, ਫਿਰ ਤੁਹਾਨੂੰ ਦੱਸੂਗਾ ਜਗ੍ਹਾ, ਮਕਬੂਲਪੁਰਾ, ਠੀਕ ਆ? 2 ਬੋਰੀਆਂ ਸੀਮਿੰਟ ਛੱਡ ਦਿਓ। ਧੰਨ ਗੁਰੂ ਰਾਮਦਾਸ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਇਹਨਾਂ ਨੂੰ ਦੋ ਵਾਰੀ ਸੀਮਿੰਟ ਦੇ ਦੇਣਾ ਸੀ ਬਾਬਾ ਜੀ, ਲਿਆ 2 ਵਾਰੀ ਸੀਮਿੰਟ ਕਿ ਨਹੀਂ? 2 ਵਾਰੀ ਸੀਮਿੰਟ ਲਿਆ ਕਿ ਨਹੀਂ? ਤੇ ਲਓ ਨਾ ਸੀਮਿੰਟ ਫਿਰ। ਗੁਰੂ ਰਾਮਦਾਸ। ਸੋ ਬਾਬਾ ਜੀ ਨੂੰ ਨਵਾਂ ਰਿਕਸ਼ਾ ਜਿਹੜਾ ਦੇ ਦਿੱਤਾ ਵਾ, ਸੋ ਆਹ ਨਵਾਂ ਰਿਕਸ਼ਾ ਬਾਬਾ ਜੀ ਦਾ, ਅਤੇ ਪੁਰਾਣੇ ਰਿਕਸ਼ੇ ਦੀ ਹਾਲਾਤ ਮੈਂ ਤੁਹਾਨੂੰ ਦਿਖਾਈ ਸੀ, ਉਹ ਸਾਹਮਣੇ ਲੱਗਾ ਹੋਇਆ ਪੁਰਾਣਾ ਰਿਕਸ਼ਾ ਵੀ, ਉਹ ਵੀ ਮੈਂ ਤੁਹਾਨੂੰ ਦਿਖਾਉਣਾ। ਸੋ ਆਹ ਬਾਬਾ ਜੀ ਨੂੰ ਨਵਾਂ ਰਿਕਸ਼ਾ ਦੇ ਦਿੱਤਾ, ਅਤੇ ਆਹ ਇਹਨਾਂ ਦਾ ਪੁਰਾਣਾ ਰਿਕਸ਼ਾ ਇੱਥੇ ਲਾ ਤਾ। ਸੋ ਗੁਰਮੁਖ ਪਿਆਰਿਓ, ਅਸੀਂ ਆਪਣਿਆਂ ਦਾ ਸਾਥ ਦੇਈਏ, ਆਹ ਇਹਨਾਂ ਦਾ ਪੁਰਾਣਾ ਰਿਕਸ਼ਾ ਜੀ, ਤੁਸੀਂ ਕਾਠੀ ਦੇਖ ਲਓ। ਧੰਨ ਗੁਰੂ ਰਾਮਦਾਸ। ਅਤੇ ਇੱਥੇ ਸਵਾਰੀ ਕੀ ਬੈਠੇਗੀ,
ਕਿਤਨਾ ਸਵਾਰੀ ਬੈਠਣੀ ਸੀ ਇੱਥੇ। ਧੰਨ ਗੁਰੂ ਰਾਮਦਾਸ। ਸੋ ਅਜਿਹੇ ਬਜ਼ੁਰਗਾਂ ਦੀ ਮਦਦ ਕਰਿਆ ਕਰੋ ਜਿਨ੍ਹਾਂ ਨੂੰ ਲੋੜ ਆ। ਲਿਆਓ ਲਿਆਓ। ਧੰਨ ਗੁਰੂ ਰਾਮ, ਧੰਨ ਗੁਰੂ ਰਾਮਦਾਸ। ਸੁਭਾਅ ਬਾਬਾ ਜੀ ਆ, ਹੁਣ ਨਵਾਂ ਰਿਕਸ਼ਾ ਮਿਲ ਗਿਆ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਠੀਕ ਹੈ ਪਿਆਰਿਓ, ਚੱਲਦਾ ਤਾਂ ਵਧੀਆ। ਹੁਣ ਸਵਾਰੀ ਬੈਠੂਗੀ ਨੀ, ਹੁਣ ਚਾਰ ਪੈਸੇ ਬਣਨਗੇ। ਚਲੋ ਆਜੋ, ਹੁਣ ਪਾਣੀ ਪੀ ਲਈਏ। ਲਿਆਓ ਉੱਧਰ ਜੀ, ਲਿਆਓ ਰਿਕਸ਼ਾ ਸਾਹਮਣੇ ਲਿਆਓ। ਆਹ ਤੁਹਾਡੇ ਨਾ ਰਿਕਸ਼ੇ ਦਾ ਬਿੱਲ ਆ, ਠੀਕ ਹੈ ਜੀ? ਅਸੀਂ ਪੇਮੈਂਟ ਕਰਤੀ ਹੈ, ਠੀਕ ਹੈ। ਮੈਂ ਫਿਰ ਤੁਹਾਨੂੰ ਦੱਸ ਦੇਵਾਂ ਖਾਲਸਾ ਜੀ, ਇਹ ਤੁਹਾਨੂੰ ਜਿਹੜਾ ਨਵਾਂ ਰਿਕਸ਼ਾ ਮਿਲਿਆ ਨਾ, ਇਹ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੁਕਮਾਂ 'ਚ ਆ। ਅਸੀਂ ਤੁਹਾਨੂੰ ਕੁਛ ਨਹੀਂ ਦਿੱਤਾ ਹੈਗਾ, ਠੀਕ ਹੈ ਜੀ? ਇਹ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤਾ ਹੈ। ਨਹੀਂ, ਤੁਹਾਨੂੰ ਕੀ ਲੱਗਾ ਕਿਹੜਾ ਬੰਦਾ ਆਇਆ ਸੀ, ਕੀ ਬੰਦਾ ਆ ਗਿਆ? ਤੇ ਮੈਂ ਆਖਿਆ ਵੀ ਸਵਾਰੀ ਸੂਰੀ ਆ, ਮੈਂ ਸਮਝਿਆ ਸੀ। ਮੈਨੂੰ ਸਵਾਰੀ ਸਮਝਾਈ, ਮੈਂ ਤਾਂ ਮੈਨੂੰ ਆਂਦੇ ਉੱਥੋਂ ਤੱਕ ਲੈ ਜਾਓ। ਹਾਂ, ਤਨ ਲਗਾ ਸਵਾਰੀ ਆ ਗਈ, ਬਹਿ ਗਈ ਆ। ਮੈਨੂੰ ਆ ਸਮਝਿਆ ਸੀ, ਇਹ ਨਹੀਂ ਪਤਾ ਇਹਨੇ ਰਿਕਸ਼ਾ ਦੇ ਦੇਣਾ ਹੈ। ਲਗਾ ਕੋਈ ਸਵਾਰੀ ਆ ਕੇ ਬਹਿ ਗਈ ਆ, ਤੇ ਉਹ ਐਵੇਂ ਗੱਲਾਂ ਮਾਰ ਜਾਂਦੀ ਆ। ਮੈਂ ਜੋ ਤੁਹਾਨੂੰ ਕਿਹਾ, ਮੈਂ ਕਿਹਾ ਰਿਕਸ਼ਾ ਕਿੱਡਾ ਖਰਾਬ ਆ, ਤੁਸੀਂ ਮੈਨੂੰ ਕਿਹਾ ਭਾਈ ਏਦਾਂ ਹੀ ਆ। ਚਲੋ ਕੋਈ, ਆਪਾਂ ਹੁਣ ਰਸਨਾ ਤੋਂ ਬੋਲਣਾ ਹੈਗਾ। ਸਵਾਸ ਸਵਾਸ ਗੁਰੂ ਰਾਮਦਾਸ ਬੋਲੋ, ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ 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 ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ। ਠੀਕ ਹੈ, ਜਦੋਂ ਵੀ ਤੁਹਾਡੇ ਕੋਲ ਕੰਮ ਨਾ ਹੋਵੇ ਤੁਸੀਂ ਇਹ ਚੀਜ਼ ਜ਼ਰੂਰ ਬੋਲਣੀ ਹੈ, ਠੀਕ ਹੈ ਪਿਆਰਿਓ? ਚਲੋ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਚੰਗਾ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਧੰਨ ਗੁਰੂ ਰਾਮਦਾਸ। ਸੋ ਬਾਬੂ ਜੀ ਨੂੰ ਰਿਕਸ਼ਾ ਲਿਆ ਤਾ। ਸੋ ਅਜਿਹੇ ਗੁਰਸਿੱਖਾਂ ਦੀ ਮਦਦ ਕਰਿਆ ਕਰੋ ਜਿਨ੍ਹਾਂ ਕੋਲ ਵਾਕਈ ਨਹੀਂ ਹੈਗਾ ਰਿਕਸ਼ਾ। ਧੰਨ ਗੁਰੂ ਰਾਮਦਾਸ।